एवन पंजाबी टीवी देख रहे सारे दर्शकों का स्वागत है। मैं थोड़ा दोस्त हरप्रीत सोढ़ी से लैके हाजिर हाँ जी। करंट इशू दोस्तों, करंट इशू चलते हैं संगरूर, जितों के बहुत ही वड्डी खबर आ रही है कि दो बच्चियों की मौत हो गई है अते एक बच्चा जेरे इलाज भर्ती भी दस्या जा रहा है। किस तरह की मौत हुई है अते क्यों लग रहे ने सेहत अधिकार से बहुत वड्डे इल्जाम, इस खबर की पूरी अपडेट लिए जुड़े ने साडे नाल संगरूर तो गुलजार मल्ली जी, उन्होंने लैने पूरी रिपोर्ट। जी गुलजार जी, की है सारा मामला? ਸੋਢੀ ਜੀ, ਇਹ ਮਾਮਲਾ ਡਿੜਬਾ ਦੇ ਕੋਲੇ ਲਾਗੇ ਪਿੰਡ ਇੱਕ ਗੁਜਰਾਂ ਦਾ, ਜਿੱਥੇ ਕਿ ਸਿਹਤ ਵਿਭਾਗ ਵੱਲੋਂ ਬੱਚੇ ਛੋਟੇ ਬੱਚਿਆਂ ਨੂੰ ਜੋ ਟੀਕਾਕਰਨ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੀ ਬਿਮਾਰੀਆਂ ਦੇ, ਦਰੁਸਤ ਉਸੇ ਦੀ ਕੰਦਿਆਂ ਸਿਹਤ ਵਿਭਾਗ ਵੱਲੋਂ ਗੁਜਰਾਂ ਪਿੰਡ ਦੇ ਦਰਜਨਾਂ ਬੱਚਿਆਂ ਨੂੰ ਜੋ ਇੰਜੈਕਸ਼ਨ ਲਗਾਏ ਗਏ ਸੀ ਜੀ, ਉਸ ਤੋਂ ਬਾਅਦ ਬੱਚਿਆਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ, ਜਿਸ ਦੇ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਥੋੜੀ ਜ਼ਿਆਦਾ ਵਿਗੜ ਗਈ ਜੀ, ਜਿਨ੍ਹਾਂ ਨੂੰ ਕਿ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ, ਕੁਛ ਨੂੰ ਪ੍ਰਾਈਵੇਟ ਚ ਕਰਵਾਇਆ ਗਿਆ ਜੀ, ਜੀ ਜਿੱਥੇ ਜਾ ਕੇ ਇੱਕ ਡੇਢ ਸਾਲ ਦੀ ਇੱਕ ਚਾਰ ਸਾਲ ਦੀ ਬੱਚੀ ਦੀ ਜਾਣੀ ਕਿ ਡੈਥ ਹੋ ਗਈ ਜੀ, ਅਤੇ ਇੱਕ ਬੱਚਾ ਹਜੇ ਵੀ ਜੇਰੇ ਇਲਾਜ ਹੈ ਅਤੇ ਸੀਰੀਅਸ ਹੈ ਜੀ। ਮੱਲੀ ਜੀ, ਮੱਲੀ ਜੀ, ਜਿਹੜੇ ਜਿਹੜੇ ਟੀਕਾ ਲਗਾਉਣ ਗਏ ਸੀ ਸਿਹਤ ਵਿਭਾਗ ਦੇ ਕਰਮਚਾਰੀ ਜਾਂ ਜੋ ਵੀ ਉੱਥੇ ਗਏ ਸੀਗੇ, ਉਹਨਾਂ ਦੇ ਖਿਲਾਫ ਹੁਣ ਤੱਕ ਕੋਈ ਕਾਰਵਾਈ ਕੀਤੀ ਜਾ ਸਕੀ ਹੈ ਸਿਹਤ ਵਿਭਾਗ ਵੱਲੋਂ ਜਾਂ ਕਿਸੇ ਹੋਰ ਪੁਲਿਸ ਕਰਮਚਾਰੀਆਂ ਵੱਲੋਂ? ਨਹੀਂ ਸੋਢੀ ਜੀ, ਹਜੇ ਇਸ ਤਰ੍ਹਾਂ ਦੀ ਕੋਈ ਮਤਲਬ ਅਪਡੇਟ ਨਹੀਂ ਆਈ ਹੈ। ਅਜੇ ਤਾਂ ਸਿਹਤ ਵਿਭਾਗ ਵੱਲੋਂ ਸਾਡੇ SMO ਤਜਿੰਦਰ ਸਿੰਘ ਨਾਲ ਜੋ ਗੱਲਬਾਤ ਹੋਈ ਸੀ, ਉਹਨਾਂ ਨੇ ਦੱਸਿਆ ਸੀ ਕਿ ਜੋ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਵੀ ਜਿਹੜੇ ਇਹ ਬੱਚਿਆਂ ਦੀ ਮੌਤ ਹੋਈ ਹੈ ਵੀ ਇਹ ਟੀਕਾਕਰਨ ਨਾਲ ਹੀ ਹੋਈ ਹੈ ਜਾਂ ਕੋਈ ਹੋਰ ਕਾਰਨਾਂ ਕਰਕੇ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਆਪਣਾ ਜਾਣੀ ਕਿ ਨਾਕਾਮੀਆਂ ਛੁਪਾਉਣ ਦੇ ਵਾਸਤੇ, ਉਹ ਆਪਦੀਆਂ ਗਲਤੀਆਂ ਛੁਪਾਉਣ ਦੇ ਵਾਸਤੇ ਜੀ ਜੀ ਮੱਲੀ ਜੀ, ਜ਼ਾਹਿਰ ਹੈ ਵੀ ਇੰਨੇ ਸਾਰੇ ਜਿਹੜੇ ਬੱਚੇ ਹੈ ਟੀਕੇ ਲੱਗੇ ਆ ਪਿੰਡਾਂ 'ਚ, ਇਹਦਾ ਹੈ ਨਹੀਂ ਵੀ ਇੱਕ ਹੀ ਦੀ ਮੌਤ ਹੋਈ ਹੈ, ਕਾਫੀ ਤੁਸੀਂ ਦੱਸ ਰਹੇ ਹੋ ਬੱਚਿਆਂ ਦੀ ਹਾਲਤ ਖਰਾਬ ਹੋਈ ਹੈ, ਤਾਂ ਕਿਤੇ ਨਾ ਕਿਤੇ ਜ਼ਰੂਰ ਉਹ ਜਿਹੜਾ ਟੀਕਾਕਰਨ ਸੀ ਉਹਦੇ ਵਿੱਚ ਕੁਛ ਨਾ ਕੁਛ ਗਲਤੀ ਹੋਈ ਆ ਉੱਥੇ। ਬਿਲਕੁਲ ਸੋਢੀ ਜੀ, ਇੱਥੇ ਆਪਾਂ ਨੂੰ ਬਿਲਕੁਲ ਅਸੀਂ ਵੱਧ ਨਾ ਕਹਿ ਸਕਦੇ ਕਿ ਟੀਕੇ ਲੱਗਣ ਤੋਂ ਬਾਅਦ ਵੀ ਬੱਚਿਆਂ ਨੂੰ ਟੱਕੀਆਂ ਤੇ ਉਲਟੀਆਂ ਲੱਗੀਆਂ ਨੇ, ਜਿੱਥੋਂ ਕਿ ਪਤਾ ਲੱਗਿਆ ਕਿ ਪਿੰਡ ਵਾਸੀਆਂ ਦਾ ਵੀ ਇਹੀ ਕਹਿਣਾ ਹੈ ਕਿ ਸਾਡੇ ਬੱਚਿਆਂ ਦਾ ਜੋ ਵੀ ਮਤਲਬ ਇਹ ਪੂਰੇ ਹੋਈ ਹੈ, ਡੈਥ ਹੋਈ ਹੈ, ਇਹ ਸਿਹਤ ਵਿਭਾਗ ਦੀ ਨਲੇਕੀ ਕਰਕੇ ਹੋਈ ਹੈ, ਕਿਉਂਕਿ ਉਹਨਾਂ ਨੇ ਹੋ ਸਕਦਾ ਵੀ ਜਿਹੜੇ ਟੀਕੇ ਲਾਏ ਨੇ ਜਾਂ ਤਾਂ ਹੋ ਸਕਦਾ ਵੀ ਉਹ ਡਿਊ ਡੇਟ ਹੋ ਸਕਦੇ ਨੇ, ਜਾਂ ਜਿਹੜੇ ਇੰਜੈਕਸ਼ਨ ਲਾਏ ਨੇ ਜਿਹੜੇ ਮੁਲਾਜ਼ਮਾਂ ਨੇ ਲਾਏ ਨੇ, ਹੋ ਸਕਦਾ ਉਹਨਾਂ ਤੋਂ ਕੋਈ ਕੁਤਾਹੀ ਹੋਈ ਹੋਵੇ ਜਿਸ ਨਾਲ ਕਿ ਇਹ ਬੱਚਿਆਂ ਦੀ ਮੌਤ ਹੋਈ ਹੈ ਜੀ। ਜੀ ਮੱਲੀ ਜੀ, ਮੈਂ ਜਾਣਨਾ ਚਾਹਾਂਗਾ ਵੀ ਜਿਹੜੇ ਮ੍ਰਿਤਕ ਬੱਚੇ ਨੇ, ਬਹੁਤ ਹੀ ਦੁਖਦਾਈ ਗੱਲ ਤੁਸੀਂ ਸਾਨੂੰ ਦੱਸੀ ਹੈ, ਖਬਰ ਦਿੱਤੀ ਹੈ, ਕਿਸੇ ਪਰਿਵਾਰਿਕ ਮੈਂਬਰ ਨਾਲ ਗੱਲਬਾਤ ਹੋ ਸਕੀ ਹੈ ਤੁਹਾਡੀ ਇਸ ਬਾਰੇ 'ਚ? ਹਾਂਜੀ ਜੀ ਸੋਢੀ ਜੀ, ਸਾਡੀ ਉਸ ਬੱਚਿਆਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਹੋਈ ਹੈ, ਦੋਨਾਂ ਬੱਚਿਆਂ ਦੇ ਨਾਲ, ਉਹਨਾਂ ਦਾ ਵੀ ਇਹੀ ਇਲਜ਼ਾਮ ਹੈ ਸਿਹਤ ਵਿਭਾਗ ਦੇ ਉੱਤੇ, ਕਿਉਂਕਿ ਸਾਡੇ ਬੱਚੇ ਕਹਿੰਦੇ ਬਿਲਕੁਲ ਠੀਕ ਠਾਕ ਸੀ, ਜਦੋਂ ਇਹਨਾਂ ਨੂੰ ਇੰਜੈਕਸ਼ਨ ਲੱਗੇ ਉਸ ਤੋਂ ਥੋੜੀ ਦੇਰ ਬਾਅਦ ਹੀ ਬੱਚਿਆਂ ਨੂੰ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਜਿਸ ਦੇ ਨਾਲ ਟੱਕੀਆਂ ਉਲਟੀਆਂ ਲੱਗ ਗਈਆਂ, ਅਤੇ ਉਸ ਤੋਂ ਬਾਅਦ ਅਸੀਂ ਕਹਿੰਦੇ ਹੋਸਪਿਟਲ 'ਚ ਲੈ ਗਏ ਜਿੱਥੇ ਕਿ ਸਾਡੇ ਬੱਚੇ ਦੀ ਡੈਥ ਹੋਈ ਹੈ। ਉਹਨਾਂ ਦਾ ਸਿੱਧਾ ਹੀ ਇਲਜ਼ਾਮ ਹੈ ਕਿ ਜੋ ਵੀ ਸਾਡੇ ਬੱਚਿਆਂ ਦੀ ਮੌਤ ਹੋਈ ਹੈ, ਸਿਰਫ ਇਹ ਪ੍ਰਸ਼ਾਸਨ ਦੀ ਨਾਲੋਂ ਸਵਾਸਥ ਵਿਭਾਗ ਵਾਲਿਆਂ ਦੀ ਜ਼ਿੰਮੇਵਾਰੀ ਨਾਲੋਂ ਕਿ ਉਹਨਾਂ ਦੀ ਨਲਾਇਕੀ ਦੇ ਕਾਰਨ ਹੀ ਸਾਡੇ ਬੱਚਿਆਂ ਦੀ ਜਿਹੜੀ ਹੈ ਇਹ ਮੌਤ ਹੋਈ ਹੈ ਜੀ। ਜੀ ਮੱਲੀ ਜੀ, ਤੁਸੀਂ ਇਸ ਖਬਰ ਦੇ ਨਾਲ ਜੁੜੇ ਰਹੋ, ਜਦੋਂ ਵੀ ਕੋਈ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਇਸ ਦੀ ਅਪਡੇਟ ਲੈਣ ਲਈ। ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸੀ ਸਾਡੇ ਨਾਲ ਸੰਗਰੂਰ ਤੋਂ ਜੁੜੇ ਗੁਲਜ਼ਾਰ ਮੱਲੀ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉੱਥੇ ਬੱਚਿਆਂ ਦੀਆਂ ਯਾਨੀ ਸੰਗਰੂਰ ਦੇ ਵਿੱਚ ਸਰਕਾਰੀ ਟੀਕੇ ਕਰਕੇ ਮੌਤਾਂ ਹੋਈਆਂ ਨੇ। ਇਸ ਘਟਨਾ ਤੋਂ ਬਾਅਦ ਜਿਹੜੇ ਮ੍ਰਿਤਕ ਬੱਚੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਸੀਂ ਵੀ ਦੇਖੋ। ਤੁਹਾਡਾ ਬੱਚਾ ਕਿੰਨੀ ਉਮਰ, ਤੁਹਾਡੇ ਬੱਚੇ ਦੀ ਕੀ ਨਾਮ? ਤੁਹਾਡੇ ਬੱਚੇ ਦਾ? ਬੱਚੇ ਦੀ ਉਮਰ 6.5 ਮਹੀਨੇ ਦਾ ਸੀ ਅਤੇ ਬੱਚੇ ਦਾ ਨਾਮ ਏਕ ਓਂਕਾਰ ਸੀ, ਅਤੇ ਜਿਹੜੇ ਬੇਟਾ ਸੀ ਤੁਹਾਡਾ? ਹਾਂ ਜੀ, ਮੇਰਾ ਬੇਟਾ ਸੀ। ਅੱਛਾ। ਹਾਂ ਜੀ, ਪਹਿਲਾਂ ਇੱਦੂ ਪਹਿਲਾਂ ਬਿਲਕੁਲ ਠੀਕ ਸੀ ਗਈ, ਜਿੱਦਾਂ ਜੰਕਸ਼ਨ 'ਤੇ ਲੱਗੇ ਨੇਗੇ ਉਦੋਂ ਮੇਰਾ ਬੱਚਾ ਦਿਨੋਂ ਦਿਨ ਅੰਦਰੋਂ ਸੁੱਕੀ ਜਾਂਦਾ ਜੀ, ਦਿਨੋਂ ਦਿਨ ਅੰਦਰੋਂ। ਕਿੰਨੇ ਦਿਨ ਹੋ ਗਏ ਇੰਜੈਕਸ਼ਨ ਲਵਾਏ ਨੂੰ? ਇਹ ਹਾਂ ਸਰ 7-8 ਦਿਨ ਹੋਣੇ, ਹਫ਼ਤੇ ਹੋਏ ਜੀ। ਹਾਂ ਜੀ। ਅੱਛਾ, ਉਸ ਤੋਂ ਬਾਅਦ ਕੀ ਪ੍ਰੋਬਲਮ ਆਈ? ਉਸ ਤੋਂ ਬਾਅਦ ਜੀ ਬਸ ਜਦੋਂ ਇੰਜੈਕਸ਼ਨ 'ਚ ਲੱਗਿਆ ਜੀ ਉਦੋਂ ਦਿਨੋਂ ਦਿਨ ਸੁੱਕੀ ਗਿਆ ਜੀ ਬੱਚਾ, ਅੰਦਰੋਂ ਬੁਖਾਰ ਹੋ ਗਿਆ ਜੀ, ਲਾਈਟਨਿੰਗਾਂ ਲੱਗੀਆਂ। ਸ਼ਿਕਾਇਤ ਨਹੀਂ ਕਰੀ ਤੁਸੀਂ ਕਿਸੇ ਡਾਕਟਰ ਨੂੰ? ਦਿਖਾਇਆ ਨਹੀਂ ਡਾਕਟਰ ਨੇ, ਸੰਗਰੂਰ ਵੀ ਲੱਗਦੇ, ਕਲੇਰ ਦੇ ਲੱਗਦੀ, ਮੈਂ ਕਲੇਰ ਦੇ ਲੈ ਗਿਆ, ਕਲੇਰ ਨੇ ਦੇਖਿਆ ਜੀ, ਵਧੀਆ ਚੈੱਕ ਕੀਤਾ ਜੀ, ਉਹਨੇ ਕਹਿਤਾ ਵੀ ਮਤਲਬ ਉਹ ਮਸ਼ੀਨ ਹੈਗੀ, ਤੁਸੀਂ ਇਹਨੂੰ ਪਟਿਆਲੇ ਰਜਿੰਦਰਾ ਹਸਪਤਾਲ 'ਚ ਲੈ ਜਾਓ। ਫਿਰ ਉਸ ਤੋਂ ਬਾਅਦ ਕੀ ਲੱਗਿਆ ਹੁਣ ਤੁਹਾਨੂੰ, ਕਿਸ ਤਰ੍ਹਾਂ ਡੈਥ ਹੋਈ ਜਿਹੜੀ ਹੈਗੀ? ਉਹਦੀ ਡੈਥ ਜੀ ਆ ਬਸ ਜਿਹੜੀ ਦੱਸਿਆ ਜੀ, ਠੀਕ ਹੈ, ਬੁਖਾਰ, ਲੈਟਰਿੰਗਾਂ, ਠੀਕ ਆ, ਵੀ ਇਹਨਾਂ ਕਾਰਨ ਵੀ ਮੇਰਾ ਮੁੰਡਾ ਜ਼ਿਆਦਾ ਔਖਾ ਰਹਿ। ਕੀ ਮੰਨਦੇ ਵੀ ਅਣਗਹਿਲੀ ਕਿ ਮੰਨਦੇ ਤੁਸੀਂ ਇਹਨੂੰ ਵੀ ਅਣਗਹਿਲੀ ਕਰਕੇ ਹੋਇਆ? ਹਾਂ ਜੀ, ਹਾਂ, ਇਨਸਾਫ ਚਾਹੀਦਾ, ਪਤਾ ਲੱਗੀ ਸਾਡੇ ਨਾਲ ਜਿਹੜੀ ਮੂਵੀ ਕਹਾਣੀ ਸੀ ਉਹਨਾਂ ਦਾ ਕੀ ਕਾਰਨ ਜੀ? ਹਾਂ ਵੀ ਇੱਦੂ ਬਲਾ ਸਾਡੇ ਬੱਚੇ ਤੰਨਾਂ ਦੇ ਬਿਲਕੁਲ ਠੀਕ ਸੀ। ਬੱਚੇ ਦਾ ਨਾਮ ਰਾਜ ਸਿੰਘ ਸੀ ਜੀ,
उम्र 1.5 महीना थी जी, तो 1 हफ्ता हो गया जी टीका लवाई थी पोलियो का जी, तो उस तो पहला बच्चे को नॉर्मल थी जी, हूँ लैटरिंग बाथरूम लग गया जी, इस करके हफ्ते अंदर अंदर उसकी डैथ हो गई जी। टीका कितों लवाया थी? टीका जी डिस्पेंसरी पिंड गुजरां चो जी, तो हूँ अभी चाहते हाँ कि उस की अणगहली हुई की घाट रही है डॉक्टर दस सकता दस नहीं सकते जी। हूँ जो प्रशासन पहुँचा हुआ पुलिस वगैरह पहुंची हुई है इतने पिंड के कहना चाहते? हाँ जी, उन्होंने कुछ नहीं सानू कहते भी थोड़ी सुनवाई करांगे, डीसी नूं दसांगे, दरखास्त भेजांगे, डॉक्टर भी आए थे जी, तहसीलदार भी आए सी, पटवारी भी आए सी, हुण सारे आ गए जी, जो साडे बच्चे जी हुंदे सी उह कोई नहीं आया जी। दो बच्चे सीगे? हाँ जी, दो बच्चे सी, उह मुंडे दा मुंडा सी जी, मेरी साडी कुड़ी थी। दोनों ही डैथ होई? हाँ, दोवां ही डैथ हो गई। एक बच्चा जिहड़ा सीरियस हैगा? इह सीरियस आ। हाँ जी, जाने कि पिंड दे विच तीन बच्चों की प्रॉब्लम? हाँ, आईलैंड ते जी, सिर्फ तीन घर इकट्ठी इकट्ठी नहीं जी। केड़ा महल्ला वाज हैगा? ये कलोनिया बजदी जी, मोड़ा साइड। ठीक है जी, कलोनी की मांग करते हूँ भी इंसाफ जांच चाहते जी, अगर किसी नाल होर ना हो जो होगी बीती जी। हाँ। भी की अणगहली रही है जी, की घाट रही है, तो डॉक्टर दस सकते जी। कि अणगहली मानते ये टीके तो बाद हो जाए सारी प्रॉब्लम जी, उस पहले कोई नॉर्मल थी बच्चा जी। ये की कारण रहे ने, किन्ने किन्ने बच्चे की किन्नी उम्र थी बच्चों की? इसकी भतीजी है जी, गुरजीत सिंह की बेटी है जी, वह ताया जी है, इसकी उम्र थी 1.5 महीने की। आप बच्चे तो मेरे बच्चे की उम्र आई सेम 4.5 महीने जी, इक्को दिन तिना इंजैक्शन लगे ने जी पोलियो के डिस्पेंसरी पिंड तो सेम तिना बीमारी हुई है जी। मान लो कह बीमारी कह जी आप बुखार तो आप सेम कह देना, आप हर एक बच्चे हो जाता जी बुखार के नाल लैटरिया तिने बच्चों जी बहुत ज़्यादा जी। हफ्ता हो गया जी ना उन्होंने सू फोन करके पूछा बच्चा किमें किमें ना ठीक नहीं है ना, फर्ज बनता जी उन्हें फोन कर भी बच्चे थोड़े इंजैक्शन लाए ने बच्चे ठीक ने या नहीं ठीक ने। इन्हों बेटी की डैथ हुई है कल 2 बजे जी, इन्हें सवेरे रात कल रात की गल सवेर की 12 बजे जी पटियाले पेड़ भेजते डॉक्टर धर्मपाल ने जी, तो मैंने जो पता लग्या मेरे डैडी तो मैंने भी इन्हें दो बच्चों की जो पता लग गया तीन भी पता लग गया जी डैथ हो गई बेटी की सिकराट दे दी। असं आके डॉक्टर क्लेर दे गए, असं परसों भी लग गए जी, कल भी तो अज फिर जी, मेरा बच्चा भी सीरीयस आई हले पहले ना कुछ फर्क है जी, पर इन्हें असं ये गल कहना जी इन्हों होगी रब ना करे, मेरा भी लोग पता नहीं बचता जी, आप कुछ कह नहीं सकते। अणगहली की रही है? अणगहली आप डॉक्टर ही कह सकते हैं जी, सानू तो देखो बारे कुछ पता नहीं, इंजैक्शन उन्होंने लाए। किस चीज़ का इंजैक्शन लगवाया जी? पोलियो इंजैक्शन लगने जी बच्चे तीनों बच्चों की। किन्नी किन्नी उम्र थी तीन बच्चों की? इन्हों की बेटी जी 1.5 महीना जी, साढ़े बच्चों दोहों की सेम उम्र 4.5 महीने जी, 1 घंटे का आप बच्चों का फर्क थी जी। बच्चे बिल्कुल पहले आप कह दिए बुखार हो जाता, आप मन बुखार हो जाता जी, पहले बिल्कुल सैट थे जी, इंजैक्शन लगन तो बाद बुखार के नाल लैटरिंग बहुत ज्यादा हफ्ता हो गया बुखार तिना उतरी नहीं जी। भाई की कारण रहे जी? ये पंकार सिंह सन, तरनजीत सिंह, एक बच्चा मनराज कौर सन, गुरजीत सिंह, यह बच्चों इंजैक्शन एक 28 तरीक सी, इन्हों तकरीबन 3-4 दिन बाद टट्टियां तो उल्टियां लगियां सन, इन्होंने प्राइवेट अपने ट्रीटमेंट लिया, उस तो बाद अपने डॉक्टर कलेर तो सिविल हस्पताल संगरूर तो ट्रीटमेंट लिया, तो उस तो एक बच्चे की ज़्यादा तबीयत खराब हो गई, उन्होंने रजिंद्रा हस्पताल रैफर किया, इतने जाके उस बच्चे की मौत हो गई। एक बच्चा मनराज कौर सिविल हस्पताल संगरूर विखे ही ट्रीटमेंट दिता गया, तो उत्थे जाके उसकी मौत हो गई। दो बच्चों की डैथ हुई है जी? हाँ जी, दो बच्चों की डैथ। होर भी पिंड दे विच कुछ बच्चों की इस तरह की जी है रिपोर्ट आई है जी, जिन्होंने प्रॉब्लम आई होगी कोई इंजैक्शन लगन तो बाद? एक बच्चे की होर टट्टियां ते उल्टियां की शिकायत आई सी, तो यह बच्चे का ट्रीटमेंट सिविल हस्पताल संगरूर तो चल रहा है, तो बच्चा हूँ ठीक है। ਕਿਹੜਾ ਇੰਜੈਕਸ਼ਨ ਸੀ ਜੀ ਜਿਹੜਾ ਇੰਜੈਕਸ਼ਨ ਲਗਾਇਆ ਜਾ ਰਿਹਾ ਸੀ ਬੱਚਿਆਂ ਨੂੰ? ਇੱਕ ਬੱਚੇ ਨੂੰ ਤਾਂ BCG ਦਾ ਟੀਕਾ ਲੱਗਿਆ ਸੀ, ਇੱਕ ਬੱਚੇ ਨੂੰ ਪੈਂਟਾਵੈਨੈਂਟ ਦਾ ਟੀਕਾ ਲੱਗਿਆ ਸੀ। ਠੀਕ ਹੈ, ਇਹਦੇ ਫੋਲੋਅਪ ਵਾਸਤੇ ਜੀ ਹੋਰ ਵੀ ਜਿਹੜੇ ਹੈਗੇ ਕਿਤੇ ਜਿਹੜਾ ਹੈਗਾ ਸਰਚ ਕੀਤਾ ਜਾਊਗਾ, ਕਿਤੇ ਹੋਰ ਬੱਚਿਆਂ ਨੂੰ ਨਾ ਪ੍ਰੋਬਲਮ ਹੋਵੇ, ਕਿਉਂਕਿ ਇੰਜੈਕਸ਼ਨ ਕਾਫੀ ਤਾਦਾਦ ਦੇ ਵਿੱਚ ਲੱਗੇ ਹੋਣਗੇ ਜੀ? ਹਾਂ ਜੀ, ਇਹਦੇ ਅਸੀਂ ਸਰਵੇ ਕਰਾਵਾਂਗੇ ਜੀ, ਅਤੇ ਜੇ ਕੋਈ ਪਤਾ ਲੱਗਦਾ ਆਪਣਾ ਪ੍ਰੋਬਲਮ ਕਿਸੇ ਬੱਚਿਆਂ ਨੂੰ ਲੱਗਦੀ ਹੈ ਤਾਂ ਉਹਨੂੰ ਟਾਈਮ 'ਤੇ ਟ੍ਰੀਟਮੈਂਟ ਦੇਵਾਂਗੇ। ਠੀਕ ਹੈ, ਕੋਈ ਇਹਦੇ ਵਾਸਤੇ ਜਿਹੜਾ ਪਰਿਵਾਰ ਨੇ ਜਿਹੜਾ ਹੈਗਾ ਕੋਈ ਕੰਪਲੇਂਟ ਦਿੱਤੀ ਹੋਈਗੀ ਜੀ, ਵੀ ਉਹ ਕਹਿ ਰਹੇ ਨੇ ਹੈਗੇ ਕਿ ਅਣਗਹਿਲੀ ਜਿਹੜੀ ਵਰਤੀ ਗਈ, ਅਣਗਹਿਲੀ ਕਾਰਨ ਜਿਹੜਾ ਹਾਦਸਾ ਹੋਇਆ ਹੈ ਬੱਚਿਆਂ ਨਾਲ? ਨਹੀਂ ਜੀ, ਇਮਨਾਈਜੇਸ਼ਨ ਕਰਨ ਲੱਗੇ ਤਾਂ ਕੋਈ ਅਣਗਹਿਲੀ ਨਹੀਂ ਹੋਈਗੀ, ਇਹ ਬੱਚਿਆਂ ਨੂੰ ਬਾਅਦ 'ਚ ਕੰਪਲੀਕੇਸ਼ਨ 3-4 ਦਿਨ ਬਾਅਦ ਟੱਟੀਆਂ ਉੱਟੀਆਂ ਦੀ ਸ਼ਿਕਾਇਤ ਹੋਈ ਹੈ, ਇਹਦੇ ਲਈ ਅਸੀਂ
ਜਿਹੜੇ ਸਪੈਸ਼ਲਿਸਟ ਡਾਕਟਰਾਂ ਦੀ ਓਪੀਨੀਅਨ ਲਵਾਂਗੇ, ਟੀਮ ਬਿਠਾਵਾਂਗੇ ਜੀ, ਜਿਵੇਂ ਉਹ ਜੋ ਉਹਨਾਂ ਦਾ ਓਪੀਨੀਅਨ ਹੋਏਗਾ ਉਹੀ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਕਿਸ ਤਰ੍ਹਾਂ ਟੀਕਾਕਰਨ ਤੋਂ ਬਾਅਦ, ਯਾਨੀ ਕਿ ਜਿਹੜੇ ਟੀਕੇ ਲਗਾਏ ਜਾਂਦੇ ਆ ਬੱਚਿਆਂ ਨੂੰ, ਉਸ ਤੋਂ ਬਾਅਦ ਬੱਚਿਆਂ ਦੀ ਹਾਲਤ ਖਰਾਬ ਹੋ ਗਈ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਨੰਨਾ ਬੱਚਾ ਯਾਨੀ ਕਿ ਜਿਹੜਾ ਦੱਸਿਆ ਜਾ ਰਿਹਾ ਵੀ ਹਸਪਤਾਲ ਵਿੱਚ ਜੇਰ ਇਲਾਜ ਭਰਤੀ ਹੈ, ਅਤੇ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਇਸ ਦੀ ਜਾਂਚ ਚੱਲ ਰਹੀ ਹੈ, ਪੁਸ਼ਟੀ ਕੀਤੀ ਜਾ ਰਹੀ ਹੈ ਵੀ ਇਹਦੇ ਕਾਰਨ ਲੱਭੇ ਜਾ ਰਿਹਾ ਵੀ ਕਿਉਂ ਮੌਤ ਹੋਈ ਹੈ, ਇਹਦੇ ਕਾਰਨ ਅਸਲੀ ਕੀ ਸੀ ਮੌਤ ਹੋਣ ਦੇ, ਅਤੇ ਇਹ ਤਾਂ ਹੁਣ ਜਾਂਚ 'ਚ ਪਤਾ ਲੱਗੇਗਾ ਵੀ ਇਹਨਾਂ ਬੱਚਿਆਂ ਦੀ ਮੌਤ ਕਿਵੇਂ ਹੋਈ ਹੈ। ਪਰ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ 'ਚ ਬੜਾ ਗੁੱਸਾ ਪਾਇਆ ਜਾ ਰਿਹਾ, ਜ਼ਾਹਿਰ ਹੈ ਦੋ ਮਾਸੂਮ ਯਾਨੀ ਕਿ ਲੜਕੀਆਂ ਦੀ ਜਾਨ ਚਲੀ ਗਈ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਂ ਅਤੇ ਤਾਜ਼ਾ ਅਪਡੇਟ ਲਈ ਜੁੜ ਰਹੋ ਏਵਨ ਪੰਜਾਬੀ ਟੀਵੀ ਨਾਲ, ਅਤੇ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ, ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ, ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।